ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਵਿੱਚ 19 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਹਲਕਾ ਫਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਵੱਲੋਂ ਸਬਜ਼ੀ ਮੰਡੀ ਫਲੌਰ ਵਿਖੇ ਇੱਕ ਚੋਣ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੰਜਾਬ ਦੇ ਲੋਕ ਬਹੁਤ ਦੁਖੀ ਹਨ। ਜੋ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸਨ, ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। 23 ਮਈ ਨੂੰ ਜੋ ਨਤੀਜਾ ਆਵੇਗਾ ਤਾਂ ਇੱਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ। ਇਸ ਮੌਕੇ ਹੋਰ ਵੱਖ-ਵੱਖ ਪਾਰਟੀਆਂ 'ਚੋਂ ਕਈ ਲੋਕ ਅਕਾਲੀ ਦਲ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਖਹਿਰਾ ਨੇ ਮੀਟਿੰਗ ਨੂੰ ਸਫਲ ਬਣਾਉਣ 'ਤੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਭਾਰਤੀ ਵਾਲਮੀਕ ਸੰਘ ਦੀ ਚੇਅਰਪਰਸਨ ਕਿਰਨ ਹੰਸ ਨੇ ਵਿਸ਼ਵਾਸ ਦਵਾਇਆ ਕਿ ਉਹ ਫਲੌਰ ਤੋਂ ਵੱਡੀ ਲੀਡ ਨਾਲ ਚਰਨਜੀਤ ਸਿੰਘ ਅਟਵਾਲ ਨੂੰ ਜਿਤਾਉਣਗੇ। ਵੈਸੇ ਵੀ ਅੱਗੇ ਵੀ ਤੁਹਾਨੂੰ ਯਾਦ ਹੋਵੇਗਾ ਕਿ ਸਭ ਤੋਂ ਪਹਿਲਾਂ ਜਦੋਂ ਮੈਂ ਐਮ ਐਲ ਏ ਬਣਿਆ ਹਲਕਾ ਕੋਟਲਾ ਤੋਂ, ਅਤੇ ਬੜੀ ਮੰਗ ਸੀ ਜ਼ੋਰਾਂ ਤੋਂ ਕਿ ਆਪਾਂ ਮਰਾਹੋ ਮਾਛੀ ਵਾਲੇ ਵਾਲਾ ਪੁਲ ਬਣੇ। ਤੁਹਾਨੂੰ ਯਾਦ ਹੋਣਾ ਚਾਹੀਦਾ ਜੀ ਉਦੋਂ ਰਾਹੀਂ ਮਰਾਹੋ ਮਾਛੀ ਵਾਲੇ ਵਾਲਾ ਜਿਹੜਾ ਉਹ ਬਣਾਇਆ ਗਿਆ, ਸਿਰਵਾਂ ਬੇਟ ਵਾਲਾ ਪੁਲ ਬਣਾਇਆ ਗਿਆ। ਔਰ ਜਦੋਂ ਮੈਂ ਦੇਸ਼ ਦਾ ਡਿਪਟੀ ਸਪੀਕਰ ਬਣਿਆ ਉਦੋਂ ਤੁਹਾਡੇ ਨਵਾਂ ਸ਼ਹਿਰ ਤੋਂ ਜਦੋਂ ਆਪਾਂ ਫਗਵਾੜੇ ਤੋਂ ਜਲੰਧਰ ਤੋਂ ਹਵਾਈ ਦਾ ਫਗਵਾੜੇ ਤੋਂ ਗਏ, ਉਹਨਾਂ 'ਤੇ ਜਿਹੜਾ ਹੈ ਆਪਣੇ ਮੈਰਿਜ ਪੈਲਸ ਉੱਥੋਂ ਜਿਹੜਾ ਪੁਲ ਬਣਿਆ ਉਹ ਵੀ ਉਸ ਵੇਲੇ ਮੈਨੂੰ ਮੌਕਾ ਮਿਲਿਆ ਪੁਲ ਬਣਾਉਣ ਦਾ, ਔਰ ਉਹਦੇ ਨਾਲ 29 ਪੁਲ ਅਪ ਟੂ ਖੰਨਾ ਬਣੇ। ਇਸ ਤਰ੍ਹਾਂ ਜਿਹੜਾ ਫਗਵਾੜੇ ਦਾ ਪੁਲ ਰੇਲਵੇ ਦਾ ਪੋਰਸ਼ਨ ਸੀ ਉਹ ਬੜਿਆ ਸੀ, ਉਹ ਵੀ ਬਣਾਇਆ ਗਿਆ ਜੀ। ਲੁਧਿਆਣੇ ਦਾ ਜਿਹੜਾ ਕਚਹਿਰੀਆਂ ਵਾਲਾ ਪੁਲ ਉਹ ਵੀ ਮਤਲਬ ਮੈਂ ਬਣਾਇਆ ਸੀ। ਇਸ ਕਰਕੇ ਹੋਰ ਵੀ ਜਿਹੜੇ ਪੁਲ ਨੇ ਪੰਜਾਬ ਦੇ ਉਸ ਵੇਲੇ ਮੈਂ ਬਣਾਏ। ਤੁਹਾਨੂੰ ਜਿਹੜੀਆਂ ਮੀਟਿੰਗਾਂ ਵਿੱਚ ਕਿੱਦਾਂ ਦਾ ਹੁੰਗਾਰਾ ਮਿਲ ਰਿਹਾ ਜੀ? ਮੇਰੀ ਇੱਕ ਬੇਨਤੀ ਸੁਣ ਲਓ, ਇਸ ਕਰਕੇ ਮੈਂ ਜਦ ਕਿਸੇ ਵੀ ਕੋਈ ਮਤਲਬ ਜ਼ਿੰਮੇਵਾਰੀ ਮੈਨੂੰ ਪਈ ਹੈ ਮੈਂ ਉਸ ਹਲਕੇ ਦੀ ਇਲਾਕੇ ਦੀ ਬੜੀ ਚੰਗੀ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਉਦੋਂ ਪੁਲਾਂ ਦੀ ਬੜੀ ਮੰਗ ਸੀ, ਬੜੀ ਲੋੜ ਸੀ, ਔਰ ਉਸ ਵੇਲੇ ਬਣਾਏ। ਹੁਣ ਜਿਹੜਾ ਮੌਕਾ ਜਿਹੜਾ ਮੈਂ ਸਮਝਣਾ ਫਲੌਰ ਦੇ ਜਿਹੜੇ ਹਲਕੇ ਦੀ ਡਿਵੈਲਪਮੈਂਟ ਆਇਆ ਉਹ ਪੂਰੀ ਕਰਨ ਵਿੱਚ ਪੂਰੀ ਕੋਸ਼ਿਸ਼ ਤਨਦੇਹੀ ਨਾਲ ਕਰਾਂਗਾ। ਬਾਕੀ ਜਿਹੜਾ ਹੈ ਜਿਹੜੀਆਂ ਮੰਗਾਂ ਨੇ ਲੋੜ ਮੰਗਾਂ ਦੀਆਂ ਲੋੜਾਂ ਜਿਹੜੀਆਂ ਨੇ ਇਹਨਾਂ ਨੂੰ ਪੂਰੀਆਂ ਕਰਨ ਲਈ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਬਾਕੀ ਲੋਕਾਂ 'ਚ ਬਹੁਤ ਸੋਹਣਾ ਮਾਹੌਲ ਹੈ, ਮੈਂ ਪਿੰਡਾਂ 'ਚ ਆਇਆ, ਸ਼ਹਿਰ ਦਾ ਤੁਸੀਂ ਇੱਥੇ ਵੇਖ ਲਓ ਕਿ ਲੋਕਾਂ 'ਚ ਕਿੰਨਾ ਜੋਸ਼ ਹੈ। ਮੈਨੂੰ ਯਾਦ ਹੈ ਇਹੋ ਜਿਹਾ ਮਾਹੌਲ ਜਿਹੜਾ ਇੰਨਾ ਜੋਸ਼ ਜਿਹੜਾ ਜਾਂ ਤਾਂ 1977 ਵਿੱਚ ਆਇਆ ਸੀ ਜਦੋਂ 1975 ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ, ਸਾਰੇ ਦੇਸ਼ ਨੂੰ ਜੇਲ੍ਹ ਖਾਨਾ ਬਣਾ ਦਿੱਤਾ ਸੀ, ਔਰ ਜੈ ਪ੍ਰਕਾਸ਼ ਨਰਾਇਣ ਵਰਗੇ, ਚੌਧਰੀ ਚਰਨ ਸਿੰਘ ਵਰਗੇ, ਸਰਦਾਰ ਪ੍ਰਕਾਸ਼ ਸਿੰਘ ਜੀ ਵਰਗੇ, ਚੰਦਰ ਸ਼ੇਖਰ ਜੀ ਵਰਗੇ ਇਹ ਸਾਰੇ ਸੀਨੀਅਰ ਲੀਡਰਾਂ ਨੂੰ ਸਾਰਿਆਂ ਨੂੰ ਮੈਂ ਵੀ ਉਸ ਵੇਲੇ ਐਮਰਜੈਂਸੀ ਜੇਲ੍ਹ 'ਚ ਫਿਰੋਜ਼ਪੁਰ ਗਿਆ, 13-14 ਮਹੀਨੇ ਰਹਿ ਗਿਆ। ਜਦੋਂ ਸਾਰੇ ਦੇਸ਼ ਨੂੰ ਜੇਲ੍ਹ ਖਾਨਾ ਬਣਾ ਦਿੱਤਾ ਗਿਆ ਸੀ ਉਹਦੇ ਤੋਂ ਬਾਅਦ ਜਦੋਂ 77 ਵਿੱਚ ਚੋਣ ਹੋਈ ਉਸ ਵੇਲੇ ਜਾਂ ਤਾਂ ਅੱਜ ਮੈਂ ਮਾਹੌਲ ਉਹੋ ਜਿਹਾ ਵੇਖ ਰਿਹਾ ਜਾਂ ਉਦੋਂ ਮਾਹੌਲ 77 'ਚ ਮੈਂ ਵੇਖ ਰਿਹਾ ਸੀ। ਇਸ ਲਈ ਮੈਂ ਸਮਝਦਾ ਕਿ ਲੋਕ ਮਨ ਬਣਾਈ ਬੈਠੇ ਨੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਨਰਿੰਦਰ ਮੋਦੀ ਜੀ ਨੂੰ ਬਣਾਉਣ। ਇਸ ਲਈ ਮੈਂ ਆਸ ਕਰਦਾ ਕਿ ਭਾਈ ਇਸ ਹਲਕੇ ਵਾਲੇ ਮੈਨੂੰ ਸੇਵਾ ਕਰਨ ਦਾ ਮੌਕਾ ਦੇਣਗੇ। ਜਿੱਥੋਂ ਤੱਕ ਰਿਹਾ ਡਿਵੈਲਪਮੈਂਟ ਦਾ, ਨਾ ਮੈਂ ਅੱਗੇ ਕਦੇ ਡਿਵੈਲਪਮੈਂਟ ਤੋਂ ਪਿੱਛੇ ਹਟਿਆ,
ਅਤੇ ਨਾ ਹੁਣ ਹਟਾਗਾ। ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਲੋੜ ਮਹਿਸੂਸ ਹੋਏਗੀ, ਜਿਵੇਂ ਜਿਵੇਂ ਇਲਾਕੇ ਦੇ ਲੋਕ ਚਾਹੁੰਗੇ, ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਮੈਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਕਿਰਨ ਹੰਸ, ਵਾਈਸ ਚੇਅਰਪਰਸਨ ਮਹਿਲਾ ਬਿੰਦੂ, ਚਰਨਜੀਤ ਸਿੰਘ ਪਟਵਾਲ ਨੂੰ ਪੱਕੜੀ 'ਤੇ ਵੋਟਾਂ 'ਤੇ ਮੋਹਰ ਲਗਵਾ ਕੇ ਕਾਮਯਾਬ ਕਰਨ ਦੀ ਕੋਸ਼ਿਸ਼ ਕਰਾਂਗੀ। ਮੇਰੀ ਸਾਰੀਆਂ ਭੈਣਾਂ ਨੂੰ ਫੁੱਲ ਜ਼ੋਰ ਅਪੀਲ ਹੈ ਕਿ ਸਾਰੇ ਹੀ ਜ਼ਿਲ੍ਹੇ ਜਲੰਧਰ ਵਿੱਚੋਂ ਉਹਨਾਂ ਨੂੰ ਵੋਟਾਂ ਦਵਾ ਕੇ ਫੁੱਲ ਜ਼ੋਰ ਅਸੀਂ ਕਾਮਯਾਬ ਬਣਾਵਾਂਗੇ, ਇਹ ਸਾਡਾ ਨਾਰਾ ਹੈ।